ਲਾਓ ਜੀ ਕਹਿੰਦੇ ਪਾਤੇ ਗੁੜੀਆ ਦੇ 14-28 ਦੇ ਚੱਕੋ ਬਾਬੂ ਜੀ ਆਪਣੇ ਫਰੰਟ ਟਾਇਰ ਵੀ ਆ ਗਏ ਆਪਾਂ MRF ਦੇ ਉਹ ਪਾਵਾਂਗੇ ਹੁਣ 916 ਇਹ ਸਾਈਜ਼ ਦੇਖੋ ਤੁਸੀਂ ਕਿੱਡਾ ਵੱਡਾ ਆਹ ਛੋਟੇ ਜਿਹੇ ਲੱਗਦੇ ਸੀਗੇ ਹੁਣ ਆਪਾਂ MRF ਦੇ ਪਾ ਲੈਣੇ ਮਾਮਾ ਮਗਲੈਲ ਪਾਤਾ CL ਚੈੱਕ ਕਰ ਲਿਓ ਪ੍ਰਧਾਨ ਜੀ ਦਾ ਲਓ ਜੀ ਇੱਕ ਟਰੈਕਟਰ ਤਾਂ ਆਪਾਂ ਤੋਂ ਕਰਵਾਇਆ ਡਿਲੀਵਰ ਬੰਦਿਆਂ ਨੇ ਲਓ ਜੀ ਦੂਜਾ ਵੀ ਡਿਲੀਵਰ ਹੋ ਚੁੱਕਿਆ 60-45 ਲਓ ਜੀ ਕਹਿੰਦੇ ਮੁੰਡੇ ਨੇ 36 ਨਵਾਂ ਸਪੈਸ਼ਲ ਐਡੀਸ਼ਨ ਏਜੰਸੀ ਫਿਰ ਆਪਣੀ ਚੋਂ ਲਿਆ ਹੈ ਇਹਨਾਂ ਦੀ ਆਪਦੀ ਏਜੰਸੀ ਆ ਸਾਡੇ ਸਰਹੰਦ ਰੰਗੀ ਵਰਲਡ ਆਹ ਲਿਖਿਆ ਵੀ ਹੋਇਆ ਰੰਗੀ ਗਰੁੱਪ USA ਗਰੁੱਪ ਚੱਲਦਾ ਥੋੜ੍ਹਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਨਵੀਂ ਵੀਡੀਓ ਨਵੇਂ ਵਲੌਗ 'ਚ ਬਹੁਤ ਬਹੁਤ ਸਵਾਗਤ ਹੈ ਥੰਬਨੇਲ ਤੁਸੀਂ ਦੇਖ ਕੇ ਲਿਆ ਹੁਣ ਸੋ ਉੱਥੇ ਹੀ ਵਲੌਗ ਕੰਟੀਨਿਊ ਸ਼ੁਰੂ ਕਰਨ ਲੱਗਿਆ ਆ ਕੇ ਰੈਸਟ ਕਰੀ ਦੁਪਹਿਰਾ ਸੋ ਹੁਣ ਚੱਲੇ ਹਾਂ ਟਾਇਰ ਕਰਾ ਦਿੰਦੇ ਹਾਂ ਡੈੱਕ ਦੀਆਂ ਜਿਹੜੀਆਂ ਸੈਟਿੰਗਾਂ ਹਿੱਲੇ ਹੋਏ ਨੇ ਉਹ ਕਰਵਾ ਦਿੰਦੇ ਹਾਂ ਪਿੱਛੇ ਵਾਲਾ ਸੈੱਟ ਕਰਵਾ ਦਿੰਦੇ ਹਾਂ ਸਰਵਿਸ ਕਰਾਉਣੀ ਸਭ ਤੋਂ ਮੇਨ ਜ਼ਰੂਰੀ ਕੰਮ ਆ ਸਰਵਿਸ ਦਾ ਬਾਕੀ ਕੰਮ ਹੋਣ ਨਾ ਹੁਣ ਕੋਈ ਡੀਕਾ ਨਹੀਂ ਆਪਾਂ ਨੂੰ ਸਰਵਿਸ ਇਜ਼ ਫਸਟ ਸੋ ਆਪਾਂ ਸਰਵਿਸ ਕਰਾ ਕੇ ਆਉਂਦੇ ਹਾਂ ਹੋਰ ਸਾਰੇ ਕੰਮ ਕਰਾ ਕੇ ਆਉਂਦੇ ਹਾਂ ਅੱਜ ਠੀਕ ਆ ਬਾਬੇ ਪਹਿਲਾਂ ਧੋ ਲਈਏ ਬਹੁਤ ਜ਼ਿਆਦਾ ਗੰਦਾ ਟਾਇਰਾਂ ਦਾ ਵੀ ਰੇਟ ਵਧੀਆ ਲੱਗ ਜੂਗਾ ਧੋ ਧੂ ਚਮਕਾ ਲਈਏ ਪਹਿਲਾਂ ਬਾਬੇ ਆਪਾਂ ਟਰੈਕਟਰ ਚੰਗੀ ਤਰ੍ਹਾਂ ਧੋ ਲਿਆ ਸੋ ਧੋ ਧੂ ਕੇ ਹੁਣ ਚੱਲੇ ਆਪਾਂ ਅੱਜ ਕੋਪਰ ਵੀ ਸਾਰੀ ਡਾਊਨ ਡੂਨ ਸੀਲਿੰਗ ਸਾਫ਼ ਕਰ ਲਈ ਬਹੁਤ ਗੰਦਾ ਹਾ ਹੱਥ ਸਾਰਾ ਟਰੈਕਟਰ ਅਤੇ ਹੁਣ ਆਪਾਂ ਚੱਲੇ ਹਾਂ ਲੈ ਕੇ ਏਜੰਸੀ 'ਚ ਪਹਿਲਾਂ ਸਰਵਿਸ ਕਰਵਾ ਲੈਂਦੇ ਹਾਂ ਫਿਰ ਟਾਇਰਾਂ ਦਾ ਦੇਖ ਲਾਂਗੇ ਉਹ ਏਜੰਸੀ ਬੰਦ ਹੋਣੀ ਹੈ ਪਹਿਲੇ ਮੈਨੂੰ 4 ਵਜੇ ਜੀ ਸਰਹੰਦ ਪਹੁੰਚ ਗਏ ਇਹਦੇ ਪਿਛਲੇ ਨਾਟਾਂ ਜੇ ਨਾ ਥੋੜ੍ਹੇ ਢਿੱਲੇ ਸੀਗੇ ਅਤੇ ਹੁਣ ਦੁਬਾਰਾ ਕਲੰਪ ਰਖਾ ਕੇ ਨਾ ਅੰਦਰ ਪੱਤੀ ਰਖਾ ਤੀ ਉਹ ਦੇਖੋ ਕੰਮ ਪੱਕਾ ਕਰਵਾ ਤਾ ਥੋੜ੍ਹਾ ਜਿਹਾ ਜਿਵੇਂ ਪਹਿਲਾਂ ਸਹੀ ਜਾਣ ਜੀ ਨਹੀਂ ਸੀ ਲੱਗ ਰਹੀ ਸਿੱਧਾ ਹੁਣ ਓਕੇ ਅੰਕਲ ਜੀ ਓ ਜੀ ਪਹੁੰਚ ਗਏ ਆਪਾਂ ਫਾਰਮ ਟਰੈਕ ਦੀ ਏਜੰਸੀ ਦੇ ਵਿੱਚ ਆਪਣਾ ਟਰੈਕਟਰ ਖੜਾ ਕਹਿੰਦੇ ਕਰਦੇ ਹਾਂ ਸਰਵਿਸ ਉੱਥੇ ਅਤੇ ਡਿਲੀਵਰੀਆਂ ਕਰਨ ਲੱਗੇ ਨਾ ਜੇ 2 ਟਰੈਕਟਰਾਂ ਦੀਆਂ ਫਾਰਮ ਟਰੈਕ 60 ਦੀ ਅਤੇ ਫਾਰਮ ਟਰੈਕ 45 ਦੀ 45 ਧੋ ਹੋ ਰਿਹਾ ਪਿੱਛੇ ਉੱਧਰ ਅਤੇ 60 ਰੈਡੀ ਕਰਕੇ ਖੜਾ ਤਾ ਪੱਟੂਆਂ ਨੇ ਅੱਜ ਡਿਲੀਵਰੀ ਲੱਗੇ ਆ ਕਰਨ ਮਨਦੀਪ ਬਾਈ ਉਹਨੇ 2 ਟਰੈਕਟਰਾਂ ਦੀ ਕਰਨੀ ਅੱਜ ਹਾਂਜੀ ਆਹ ਦੇਖੋ ਆਹ 60 ਆ ਦੂਆ 45 ਟਰੈਕਟਰ ਅੱਜ 2 ਡਿਲੀਵਰੀਆਂ ਕਰਨੀਆਂ ਲਓ ਜੀ ਹਾਂ ਹਾਂ ਬਣਾਤੀ ਲਓ ਜੀ ਇੱਕ ਟਰੈਕਟਰ ਤਾਂ ਆਪਾਂ ਤੋਂ ਕਰਵਾਇਆ ਡਿਲੀਵਰ ਬੰਦਿਆਂ ਨੇ ਲਓ ਜੀ ਦੂਜਾ ਵੀ ਡਿਲੀਵਰ ਹੋ ਚੁੱਕਿਆ 60-45 ਅੱਛਾ ਬਾਈ ਦੀ ਵੇਟ ਕਰ ਰਹੇ ਤੇ ਤੁਸੀਂ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਲਓ ਜੀ ਤੇਲ ਕੱਢਤਾ ਤੇਲ ਇਹ 'ਚ ਕਿੰਨਾ ਲੀਟਰ ਪੈਂਦਾ ਹੁੰਦਾ ਇਹ 'ਚ 6.5 ਲੀਟਰ ਪੈਂਦਾ ਤੇਲ ਐਡਾ ਗਿੰਜਣਾ ਵਾ ਤੇਰਾ ਛੋਟਾ ਜਿਹਾ ਇਹ ਤਾਂ ਥੋੜ੍ਹਾ ਜਿਹਾ ਹੀ ਨਿਕਲਿਆ ਯਾਰ ਵਿੱਚ ਤੇ ਹੈਂ ਹਾਂ ਮੈਨੂੰ ਲੱਗਦਾ 200 ਘੰਟੇ ਬਾਅਦ ਘੰਟਾ ਵੱਧੇ ਚੱਲ ਗਿਆ 100-150 ਘੰਟਾ ਘੱਟ ਜਾਂਦਾ ਹੁੰਦਾ ਫਿਰ
ਨਾਲ ਬਸ ਮਾਮਾ ਮਗਲੈਲ ਪਾਤਾ ਸੀਐਲ ਚੈੱਕ ਕਰ ਲਿਓ ਪ੍ਰਧਾਨ ਜੀ ਦਾ ਖੁੱਲਾ ਮਿਲ ਜਾਂਦਾ ਹੁੰਦਾ ਹੈ ਪਰ ਜਿੰਨਾ ਕੁ ਘੱਟ ਦਾ ਉਨਾ ਪਾ ਦੇ ਘਟਿਆ ਤਾਂ ਹੋਇਆ ਸੀਐਲ ਤਾਂ ਘਟਿਆ ਹੋਇਆ ਲਓ ਜੀ ਕਹਿੰਦੇ ਮੁੰਡਿਆਂ ਨੇ ਪਾਤਾ ਨਵਾਂ ਖੂਨ ਖੂਨ ਹੁੰਦਾ ਹੈ ਇਹਦਾ ਇਹਦੇ ਨਾਲ ਚੱਲਦਾ ਹੈ ਸਿਰ ਚ ਗਿਰ ਰਿਹਾ ਜਾ ਕੇ ਹੈ ਸ਼ਾਮ ਦਾ ਕਾਫੀ ਲੇਟ ਹੀ ਹੋ ਗਿਆ ਟਾਈਮ ਮੰਨ ਕੇ ਚਲੋ ਤੇ ਟਾਇਰ ਆਪਾਂ ਲੈ ਲਏ ਅੰਕਲ ਦਾ ਦੁਕਾਨ ਬੰਦ ਕਰਕੇ ਆਪਣੇ ਟਾਇਰ ਲੈਣ ਗਏ ਨੇ ਅੱਗੇ ਵਾਲੇ ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਤੇ ਆਪਾਂ 14 ਦੇ ਹੀ ਪਾਉਣੇ ਨੇ ਟਾਇਰ ਸੋ ਆਪਾਂ 14 ਜਿਹੜੇ ਆਏ ਆਪਾਂ ਉਵੇਂ ਦੇ ਰੱਖਣਾ ਰਿਜਨਲ ਰੱਖਣਾ ਪਰ ਪਤਾ ਕੀ ਇੱਕ ਤਾਂ ਤੋਰਾ ਵੱਧ ਜਾਣਾ ਰੂਟਾਵੀਟਰ ਨੂੰ ਭੱਜੀ ਜਾਊਗਾ ਤਾਂ ਪਹਿਲਾਂ ਹੀ ਬਹੁਤ ਭੱਜੀ ਜਾਂਦੇ ਹੁੰਦੇ ਨੇ ਹੈ ਨਾ ਸੋ ਸਿੰਘ ਸਾਹਿਬ ਹੋਰੀ ਲੱਗੇ ਹੋਏ ਨੇ ਚੇਂਜ ਕਰਨ ਮਾਰ ਰਿਹਾ ਥੋੜ੍ਹੇ ਜੈੜ ਜੈੜ ਮੈਨੂੰ ਬਹੁਤ ਵਧੀਆ ਗੱਲ ਲੱਗੀ ਯਾਰ ਕਿ ਆਪਣੇ ਪੰਜਾਬ ਦੇ ਬੰਦੇ ਕੰਮ ਕਰ ਰਹੇ ਆ ਯਾਰ ਬਹੁਤ ਕੰਮ ਘੱਟ ਗਿਆ ਪੰਜਾਬੀ ਹੁਣ ਬਹੁਤ ਘੱਟ ਕੰਮ ਕਰਨ ਲੱਗ ਗਿਆ ਟਾਇਰ ਤਾਂ ਮੈਂ ਧੋ ਧੂ ਕੇ ਲਿਆ ਮੈਨੂੰ ਲੱਗਿਆ ਬਦਲ ਤੇ ਆਹ ਤੁਹਾਡੇ ਵਾਲੀ ਲਓ ਜੀ ਕਹਿੰਦੇ ਪਾ ਤੇ ਗੁੜੀਅਰ ਦੇ 14-28 ਦੇ ਚੱਕੋ ਬਾਬੂ ਆਹ ਮੈਂ ਮੂਹਰੇ ਪਲੇਟਾਂ ਹੀ ਲੈ ਮੈਂ ਕਿਹਾ ਜੇ ਟਾਇਰ ਚੌੜੇ ਹੋਏ ਐਮ ਆਰ ਐਫ ਦੇ ਫਿਰ ਆਹ ਪਲੇਟਾਂ ਹੀ ਪਾ ਦੇਵਾਂਗੇ ਲਓ ਬਾਈ ਇੱਕ ਟਾਇਰ ਪੈ ਗਿਆ ਇੱਧਰਲਾ ਪੈ ਗਿਆ ਇੱਧਰਲਾ ਰਹਿੰਦਾ ਫਰਕ ਤਾਂ ਲੱਗ ਰਿਹਾ ਕਾਫੀ ਐਨ ਹਜੇ ਹਵਾ ਨਹੀਂ ਭਰੀ ਫੁੱਲਣਾ ਉਹਨੇ ਟਾਇਰ ਨੇ ਹਜੇ ਹਵਾ ਭਰ ਰਹੇ ਨੇ ਸਿੰਘ ਸਾਹਿਬ ਅਤੇ ਇਹ ਤੋਂ ਬਾਅਦ ਆਪਾਂ ਡੈੱਕ ਦੇ ਜਿਹੜਾ ਆਹ ਗਲਾਈਆਂ ਗਲੂਈਆਂ ਜਿਹੀਆਂ ਸੈੱਟ ਕਰਵਾ ਕੇ ਫਿਰ ਉਹ ਤੋਂ ਬਾਅਦ ਘਰ ਨੂੰ ਚੱਲਦੇ ਹਾਂ ਦੂਜੇ ਨੂੰ ਲੱਗ ਗਏ ਹੁਣ ਬਦਲਣ ਆਪਣੇ ਫਰੰਟ ਟਾਇਰ ਵੀ ਆ ਗਏ ਆਪਾਂ ਐੱਮ ਆਰ ਐੱਫ ਦੇ ਉਹ ਪਾਵਾਂਗੇ ਹੁਣ 916 ਇਹ ਸਾਈਜ਼ ਦੇਖੋ ਤੁਸੀਂ ਕਿੱਡਾ ਵੱਡਾ ਆਹ ਛੋਟੇ ਜਿਹੇ ਲੱਗਦੇ ਸੀਗੇ ਹੁਣ ਆਪਾਂ ਐੱਮ ਆਰ ਐੱਫ ਦੇ ਪਾ ਲੈਣੇ ਆ ਇਹ ਪੂਰੇ ਐਨ ਪਰਫੈਕਟ ਸਾਈਜ਼ ਰਹੂਗਾ ਪਿੱਛੇ 14 ਦੇ ਗੁੜੀਅਰ ਦੇ ਮੁੜ ਰਹੇ 916 ਬਾਬੇ ਆਪਣੇ ਫਰੰਟ ਟਾਇਰ ਵੀ ਆ ਗਏ ਸੀਗੇ ਇਹ ਐੱਮ ਆਰ ਐੱਫ ਦੇ ਪਵਾਏ ਨੇ ਆਪਾਂ ਇਹ ਟਾਇਰ ਦਾ ਸਾਈਜ਼ ਮਤਲਬ 1016 ਜਿੱਡਾ ਹੀ ਟਾਇਰ ਆ ਵੱਡਾ ਹੀ ਟਾਇਰ ਆ ਮਤਲਬ ਹੁਣ ਦੇਖੋ ਤੁਸੀਂ ਟਰੈਕਟਰ ਦੀ ਹਾਈਟ ਦੇਖੋ ਕਿੱਥੇ ਪਹੁੰਚ ਗਈ ਇਹ ਮਤਲਬ ਵੱਡਾ ਹੀ ਟਾਇਰ ਕਹਿ ਸਕਦੇ ਇਹਨੂੰ ਆਪਾਂ ਬਹੁਤ ਵੱਡਾ ਸਾਈਜ਼ ਆ ਇਹ ਬਹੁਤ ਸੋਹਣਾ ਲੱਗਦਾ 14 ਦੇ ਨਾਲ ਮਤਲਬ ਜੇ ਤੁਸੀਂ ਵੀ ਪਾਉਣੇ ਤਾਂ ਐੱਮ ਆਰ ਐੱਫ ਹੀ ਅੱਗੇ ਫਰੰਟ ਪਵਾਇਓ ਐੱਮ ਆਰ ਐੱਫ ਦਾ ਜਿਹੜਾ ਟਾਇਰ ਦਾ ਸਾਈਜ਼ ਆ ਬਹੁਤ ਸੋਹਣਾ ਟਾਇਰ ਆ ਨਾਲੇ ਬ੍ਰਾਂਡ ਦਾ ਬ੍ਰਾਂਡ ਹੋ ਗਿਆ ਨਾਲੇ ਆਪਣਾ ਓਰੀਜਨਲ ਹੋ ਗਿਆ ਕੰਮ ਸਾਰਾ ਲਓ ਜੀ ਉਹ ਪਿੱਛੇ ਵਾਲਾ ਸ਼ੀਸ਼ਾ ਸਾਜ਼ੀ ਖੋਲ੍ਹ ਰਹੇ ਅਤੇ ਟੁੱਟ ਗਿਆ ਹੁਣ ਨਵਾਂ ਬਣਾਇਆ ਦੇਖੀ ਪੂਰਾ ਪੂਰਾ ਆ ਗਿਆ ਵਿੱਚ ਇਹ ਹੈਂ ਫਿਰ ਹੁਣ ਕਿਆ ਕਰੂੰਗਾ ਨਹੀਂ ਇਹਨੂੰ ਪੂਰੀ ਫਿਟਿੰਗ 'ਚ ਕਰ ਹੋਵੇ ਬਾਬੇ ਹੁਣ ਦੱਸੋ ਕਿਵੇਂ ਲੱਗੀ ਟਰੈਕਟਰ ਦੀ ਲੁੱਕ ਟਾਇਰ ਪੈ ਗਏ ਚਾਰੇ ਨਵੇਂ ਸੋ ਹੁਣ ਇਹਦਾ ਪਿੱਛੇ ਵਾਲਾ ਡਿਜ਼ਾਇਨ ਜਿਹਾ ਬਣਾ ਰਹੇ ਹਾਂ ਦੇਖਦੇ ਹਾਂ ਕੀ ਲੁੱਕ ਨਿਕਲਦੀ ਆ ਲਓ ਜੀ ਫਾਈਨਲੀ ਆਪਾਂ ਘਰ ਆ ਚੁੱਕੇ ਆਪਾਂ ਫਰੰਟ ਟਾਇਰ ਵੀ ਪਵਾ ਅਤੇ 916 ਹੀ ਪਵਾ ਅਤੇ ਐੱਮ ਆਰ ਐੱਫ ਦੇ ਵਿੱਚ ਦੇਖੋ ਕਿੱਡਾ ਵੱਡਾ ਟਾਇਰ ਲੱਗੀ ਜਾਂਦਾ ਸੋ ਪਿਛਲੇ ਆਪਾਂ ਸੇਮ 14 ਦੇ ਹੀ ਪਵਾ ਅਤੇ ਗੁੜੀਅਰ ਦੇ ਅਤੇ ਉਸ ਤੋਂ ਬਾਅਦ ਪਿੱਛੇ ਬਕਸੇ ਦਾ ਕੰਮ ਕਰਵਾ ਤਾ ਉਹਨਾਂ ਕੋਲ ਲੋਗੋ ਦਿਖਣ ਲਾ ਤਾ ਥੱਲੇ ਉਹਨੇ ਮਾਰਸ਼ਲ ਦਾ ਲੋਗੋ ਲਾ ਤਾ ਅਤੇ ਹਜੇ ਲਾਈਟ ਚੱਲਦੀ ਕਰਨੀ ਆ ਕੱਲੂ ਕਰੂੰਗੇ ਕੱਲ੍ਹ ਤਾਂ ਲੇਜ਼ਰ ਪਰ ਚੱਲਣਾ ਨਾ ਟਰੈਕਟਰ ਨੇ ਸੋ ਬਸ ਅੱਜ ਤਾਂ ਟਾਇਰ ਪਵਾਏ ਨੇ ਸਰਵਿਸ ਕਰਵਾਈ ਆ
ਸੋ ਜਿਹੜੀ ਮਾੜੀ ਮੋਟੀ ਟੈਕ ਦੀਆਂ ਸੈਟਿੰਗਾਂ ਸੀਗੀਆਂ ਉਹ ਕਰਵਾਈਆਂ ਨੇ, ਸੋਚਾਂ ਸਾਚਾਂ ਨਵੀਆਂ ਲਵਾਤੀਆਂ। ਸੋ ਵੈਸੇ ਹੁਣ ਮੇਰਾ ਟਰੈਕਟਰ ਹੋ ਗਿਆ ਕੰਪਲੀਟ ਸਾਰਾ, ਐਵੇਂ ਹੌਲੀ ਹੌਲੀ ਟਾਈਮ ਲੱਗਦਾ, ਹੌਲੀ 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 ਚੀਜ਼ਾਂ ਹੁੰਦੀਆਂ ਨੇ। ਸੋ ਟਾਇਰ ਹੁਣ ਆਪਣੇ ਨਵੇਂ ਹੋ ਗਏ, ਸਾਰਾ ਡੈੱਕ ਨਵਾਂ ਹੋ ਗਿਆ, ਛੱਤਰੀ ਛੱਤਰੀ ਸਾਰਾ ਕੁਛ ਓਕੇ ਹੋ ਗਿਆ। ਸੋ ਕੱਲ੍ਹ ਤਾਂ ਹੁਣ ਇਹਨੇ ਇੱਕ ਮਿੰਟ ਵੀ ਵਿਹਲਾ ਨਹੀਂ ਹੈਗਾ ਟਰੈਕਟਰ ਇਹ, ਉਹ ਸਾਥੀ ਖੜ੍ਹਾ ਸਾਹਮਣੇ, ਅੱਜ ਇੱਕ ਦੂਜੇ ਨੂੰ ਦੇਖ ਰਹੇ ਨੇ, ਕੱਲ੍ਹ ਨੂੰ ਇੱਕ ਦੂਜੇ ਦੇ ਪਿੱਛੇ ਹੋਣਗੇ। ਸੋ ਕੱਲ੍ਹ ਤਾਂ ਚੱਲੂਗਾ ਕੰਮ ਪੂਰਾ। ਸੋ ਓਕੇ ਬਾਬਿਓ, ਕਰਦੇ ਹਾਂ ਅਸੀਂ ਵਲੌਗ ਕੰਟੀਨਿਊ, ਮੈਨੂੰ ਤਾਂ ਲੱਗਦਾ ਨਹੀਂ ਪੂਰਾ ਹੋਇਆ ਹੋਊਗਾ, ਛੋਟਾ ਹੀ ਰਹਿ ਗਿਆ ਹੋਣਾ। ਸੋ ਕੱਲ੍ਹ ਤਾਂ ਕੱਲ੍ਹ ਨੂੰ ਕਰਦੇ ਹਾਂ। ਲਓ ਜੀ ਬਾਬਿਓ, ਅਗਲੀ ਸ਼ਾਮ ਹੋ ਚੁੱਕੀ ਹੈ, ਅਗਲੀ ਸ਼ਾਮ, ਸਾਰਾ ਦਿਨ ਲੰਘ ਗਿਆ। ਸੋ ਅੱਜ ਲੇਜ਼ਰ ਕੜਾ ਲੈ ਕੇ ਚੱਲੇ ਹਾਂ, ਮਾਰਨ ਚੱਲੇ ਹਾਂ। ਹੁਣ ਸਵੇਰ ਦਾ ਚੱਲ ਰਿਹਾ ਸੀ, ਹੁਣ ਰਾਤ ਨੂੰ ਆਪਾਂ ਚਲਾਵਾਂਗੇ। ਹੋਰ ਤਾਂ ਹਜੇ ਤਾਂ ਕੁਛ ਨਹੀਂ ਟਾਈਮ ਹੋਇਆ, ਤਾਂ ਮੈਨੂੰ ਲੱਗਦਾ ਕਿੰਨਾ ਟਾਈਮ ਹੋ ਗਿਆ, 8 ਵਜੇ ਜੋ 8 ਵਜੇ ਕਾਹ ਖੜਾ ਲੇਜ਼ਰ ਕੜਾ, ਕਹਿੰਦੇ ਮੇਰੇ ਵੀਰੇ ਕਹੋ ਖੜੀ ਆ ਮਸ਼ੀਨ ਮਿੱਟੀ ਪੱਟਣੇ ਵਾਲੀ, ਤੇਲ ਪਵਾ ਲੈਣਾ, ਤੇਲ ਪਵਾ ਕੇ ਬਸ ਕੰਮ ਚੱਲੀ ਜਾਣਾ ਸਾਰੀ ਰਾਤ। ਹੈ ਆਹ ਬੰਦਾ ਦੇਖੋ ਰੱਖਿਆ ਸਰਾ, ਡਰਾਈਵਰੀ ਸਿੱਖਣੀ ਹੈ ਬਾਈ ਜੀ ਆਪਾਂ, ਹੈਂ ਕਹਿੰਦਾ ਡਰਾਈਵਰੀ ਸਿੱਖਣੀ, ਕੋਈ ਨਹੀਂ ਮੈਂ ਕਿਹਾ ਬੈ ਆਇਆ ਕਰ, ਆ ਜਾ ਕਰ ਤੈਨੂੰ ਡਰਾਈਵਰੀ ਸਿਖਾ ਦਾਂਗੇ ਪੂਰੀ ਤਕੜੀ, ਗੂਗਲ ਪੇ ਕਰਿਓ ਜੀ। ਲਓ ਜੀ ਬਾਬਿਓ, ਹੁਣ ਆਪਾਂ ਚੱਲੇ ਹਾਂ ਲੇਜ਼ਰ ਕੜਾ ਲਾਉਣ ਰਾਤ ਨੂੰ। ਬੰਦੇ ਕਹਿੰਦੇ ਅੱਜੇ ਕਰਨਾ ਜੋ ਮਰਜ਼ੀ ਹੋ ਜਾਵੇ, ਮੈਂ ਕਿਹਾ ਕੋਈ ਨਹੀਂ ਅੱਜੇ ਕਰਕੇ ਜਾਵਾਂਗੇ। ਸੋ ਸਵੇਰ 'ਤੇ ਆਪਣਾ ਡਰਾਈਵਰ ਬਾਈ ਵੀ ਆ ਜਾਣਾ, ਸੋ ਕੱਲ੍ਹ 'ਤੇ ਆਪਣਾ ਸੀਜ਼ਨ ਪੂਰਾ ਚੱਲ ਪਊਗਾ। ਇਹ ਤਾਂ ਸੀਜ਼ਨ ਸ਼ੁਰੂ ਹੋ ਗਿਆ, ਅਸੀਂ ਉਹ ਲੇਟ ਹੋਈ ਫਿਰਦੇ ਹਾਂ, ਕਿਉਂਕਿ ਸਾਡਾ ਫਿਰ ਆਪ ਦਾ ਕੰਮ ਚੱਲੀ ਜਾਂਦਾ। ਹੁਣ ਚੱਲੇ ਹਾਂ ਬਾਬੇ ਉਹ ਲੇਜ਼ਰ ਕੜਾ ਲਾਉਣ ਰਾਤ ਨੂੰ। ਰਾਤ ਨੂੰ ਨਜ਼ਾਰਾ ਬਾਹਲਾ ਆਉਂਦਾ, ਬਹੁਤ ਨਜ਼ਾਰਾ ਆਉਂਦਾ ਰਾਤ ਨੂੰ ਲੇਜ਼ਰ ਕੜਾ ਲਾ ਕੇ। ਚੱਲੀਏ ਤੇਰੇ ਖੇਤ 'ਚ ਉਦਘਾਟਨ ਕਰਨਾ ਟਾਇਰਾਂ ਦਾ ਨਵਿਆਂ ਦਾ, ਦੇਖ ਲਾ ਰੰਗੀ ਗਰੁੱਪ USA ਮੇਰੇ ਵੀਰਿਓ, ਬੜਾ ਮਾਣ ਪਿਆਰ ਲੱਗੇ ਪਹੁੰਚੇ ਨੇ। ਚਲੋ ਜੀ, ਬੰਦਾ ਕਹਿੰਦਾ ਅੱਜ ਮਾਰ ਦੇ ਯਾਰ, ਮੈਂ ਕਿਹਾ ਕੋਈ ਨਹੀਂ ਅੱਜੇ ਮਾਰ ਦਿੰਦੇ ਹਾਂ। ਖੋਲਤੀ ਪਿੰਨ ਉੱਥੇ ਖੋਲੀ, ਉਹਦੀ ਤਾਂ ਥੱਲੇ ਪਾ ਦੇ, ਹੁਣ ਐਂ ਨਹੀਂ ਕੁਛ ਹੁੰਦਾ, ਖੋਲ ਦੋ ਖੋਲ ਦੋ ਚਲਾਈਏ ਬਾਈ। ਲਓ ਜੀ ਮੁੰਡੇ ਦੇ ਖੇਤ 'ਚ ਉਦਘਾਟਨ ਕਰਨ ਲੱਗਿਆ ਨਵੇਂ ਟਾਇਰਾਂ ਦਾ। ਲਓ ਜੀ ਕਹਿੰਦੇ ਬਾਬੇ ਉਹ 1 ਵੱਜ ਗਿਆ, 1 ਆਹ ਮੁੰਡੇ ਦੇਖ ਲਓ ਨਾਲ ਬੈਠੇ ਆ, ਬੰਦੇ ਨਹੀਂ ਹਿੱਲੇ ਹੈਗੇ, ਪਰ 1 ਵੱਜ ਗਿਆ ਰਾਤ ਦਾ। ਦੇਖ ਲਾ ਮੁੰਡੇ ਨਵੇਂ ਟਾਇਰਾਂ ਦਾ ਉਦਘਾਟਨ ਤੇਰੇ ਖੇਤ 'ਚ ਆ ਕੇ ਕਰਿਆ ਸੀ, ਦੇਖ ਲਾ ਫਰੈਸ਼ ਟਾਇਰ ਪਵਾ ਕੇ ਤੇਰੇ ਖੇਤ 'ਚ ਲੈ ਕੇ ਆਇਆ, ਕਿਵੇਂ ਦਾ ਲੱਗ ਰਿਹਾ ਤੈਨੂੰ ਮਾੜਾ ਦੱਸ? ਸਵਰਗ ਲੱਗ ਰਿਹਾ, ਦੇਖ ਲਾ ਬਾਈ। ਇੱਕ ਵਾਰ ਮੈਂ ਪਹਿਲਾਂ ਵੀ ਉਰੇ ਕਰਕੇ ਯਾਰ ਵੀ ਰਾਤ ਨੂੰ ਕਰਕੇ ਗਿਆ, ਤਾਂ ਬੰਦੇ ਹਿੱਲਦੇ ਨਹੀਂ ਹੈਗੇ, ਕੋਲੇ ਰਹਿੰਦੇ ਆ, ਚਾਹੇ 1 ਵਾਰ ਨਹਿਰ ਜਾ ਰਹੀ ਹੈ ਕੋਲ ਨੂੰ ਬਹੁਤ ਤਕੜੀ, ਸੁੰਮ ਠੰਡੀ ਹਵਾ ਆ ਰਹੀ ਹੈ, ਸੁੰਨ ਸਰਾਮ ਹੋਈ ਆ। ਮੈਂ ਕਹਿੰਦਾ ਚੰਗਾ ਭਲਾ ਬੰਦਾ ਉਰੇ ਬੈਠ ਨਹੀਂ ਸਕਦਾ ਇਕੱਲਾ। ਹਾਂਜੀ ਬਾਬੇ ਉਹ ਕਮਾਈਆਂ ਹੋ ਰਹੀਆਂ ਨੇ, ਕਮਾਈਆਂ ਕਨੇਡਾ, ਇੱਥੇ ਕਨੇਡਾ ਮਿਹਨਤ ਕਰ ਲਓ ਰਹੀ ਕਨੇਡਾ। ਕਹਿੰਦੇ ਡੂੰਘਾ ਲਾ ਲਾ ਹੜ ਮੈਂ ਤੇਰੀ ਘਰੇ ਕਨੇਡਾ, ਮਿਹਨਤ ਆ ਉਰੇ ਕਰ ਲਓ ਉੱਥੇ ਕਰ ਲਓ, ਹੈ ਨਾ। ਸੋ ਆਪਾਂ ਕੋਈ ਕਿਸੇ ਦਾ ਹੋਰ ਗੁਲਾਮ ਨਹੀਂ, ਕੁਛ ਨਹੀਂ, ਆਪ ਦਾ ਟਰੈਕਟਰ ਆਪ ਦਾ ਸਾਡਾ ਭਾਈ ਨਾਲ ਬੈਠਾ ਜਿਹਨਾਂ ਦੇ ਕੰਮ ਚੱਲ ਰਿਹਾ, ਠੀਕ ਹੈ ਬਾਈ। ਮਿਹਨਤ ਆ ਉਰੇ ਕਰ ਲਓ ਚਾਹੇ ਉੱਥੇ ਕਰ ਲਓ, ਮਿਹਨਤ ਤੁਹਾਨੂੰ ਕਰਨੀ ਹੋ ਪੈਣੀ ਆ। ਮਤਲਬ ਕਿ ਮੈਂ ਕਹਿੰਦਾ ਵੀ ਤੁਸੀਂ ਹੈਗੇ ਹੋ ਵਿਹਲੇ ਹੋ, ਜ਼ਰੂਰ ਕੋਈ ਨਾ ਕੋਈ ਚਾਹੇ ਲੇਜ਼ਰ ਕੜਾ ਲੈ ਲਓ, ਹੈ ਨਾ, ਤੁਹਾਡੇ ਕੋਲ ਟਰੈਕਟਰ ਆ ਫਾਲਤੂ, ਤਾਂ ਤੁਸੀਂ ਲੈ ਸਕਦੇ ਹੋ ਯਾਰ, ਕਰਿਆ ਕਰੋ ਕੰਮ, ਕਰਿਆ ਕਰੋ।
ਮੈਂ ਤੁਹਾਨੂੰ ਦਿਲ ਦੀ ਗੱਲ ਦੱਸ ਦਿੰਦਾ, ਕੈਨੇਡਾ ਜਿੰਨੀ ਦਿਹਾੜੀ ਨਹੀਂ ਛੱਡਦੇ ਅਸੀਂ ਇੱਕ ਦਿਨ ਦੇ ਵਿੱਚ, ਜਿੰਨੀ ਕੈਨੇਡਾ 'ਚ ਦਿਹਾੜੀ ਬਣਦੀ ਅਸੀਂ ਉੱਨੀ ਬਣਾ ਲੈਂਦੇ ਹਾਂ, ਲੇਜ਼ਰ ਕਰਾਪੜੇ ਬਣਾ ਲੈਂਦੇ ਹਾਂ। ਦੇਖ ਲਓ ਜੇ $100 ਉੱਥੇ ਬਣਦਾ ਕੈਨੇਡਾ ਦੇ ਵਿੱਚ, ਤਾਂ $100 ਅਸੀਂ ਬਣਾਉਂਦੇ ਹਾਂ, ਆਪਾਂ ਬਣਾ ਕੇ $200 ਬਣਾ ਲੈਂਦੇ ਹਾਂ, ਬਣਾ ਲੈਂਦੇ ਹਾਂ। ਹੁਣ 62 ਰੁਪਏ ਨਾ ਕਰ ਲਾ, 62 ਗੁਣਾ 200 ਕਰੀ 100 ਵੱਜਦੇ 1200, 62 ਗੁਣਾ 200 ਹਾਂ ਉੱਧਰ 14000 ਬਣ ਗਿਆ। $100 ਮੰਨ ਕੇ ਚਲੋ, ਅੱਧਾ ਨੀ ਆਉਂਦਾ ਯਾਰ ਮੰਨ ਕੇ ਚਲੋ, ਉਹਦੇ ਵਿੱਚ 60% ਵੱਧ ਜਾਂਦਾ, 40% ਖਰਚਾ ਆ ਜਾਂਦਾ, 40% ਖਰਚਾ। ਦੇਖ ਲਓ ਮਿਹਨਤ ਆ ਬਸ, ਮੈਂ ਹੁਣ ਰਾਤ ਨੂੰ ਕਰਦਾ ਵਧੀਆ ਲਿਆ ਰਹੇ ਹਾਂ ਮਕਾਨ ਦੇ ਜ਼ਿੰਦਗੀ ਤੋਂ। ਬਾਈ ਹੋਲੈਂਡ ਸੱਚੀ ਵੀ ਲਿਆ ਨਵਾਂ, ਤੁਹਾਨੂੰ ਦਿਖਾਉਂਦੇ ਹਾਂ ਤੋਂ ਬਾਅਦ ਜੋ ਹੋਊਗਾ। ਠੀਕ ਹੈ ਜੀ, ਓਕੇ। ਕਿਆ ਕਹਿਣਾ ਚਾਹੁੰਦੇ ਹੋ ਗਰੀਬੂ ਜੀ ਤੁਸੀਂ? $200-$300 ਬਣਾ ਲੋ, ਉਹਦੇ ਵਰਗਾ ਨਜ਼ਾਰਾ ਨੀ ਹੈਗਾ ਯਾਰ। ਕਰੇ ਕੁਲਚੇ ਖਾ ਲੋ, ਕਰੇ ਕੁਲਚੇ ਬਾਈ, ਉਹਨੇ ਕੁਲਚੇ ਲਿਆਏ। ਲਓ ਜੀ ਕਹਿੰਦੇ ਮੁੰਡੇ ਨੇ 36 ਨਵਾਂ ਸਪੈਸ਼ਲ ਐਡੀਸ਼ਨ ਏਜੰਸੀ ਫਿਰ ਆਪਣੀ 'ਚੋਂ ਲਿਆ ਹੈ, ਇਹਨਾਂ ਦੀ ਆਪਦੀ ਏਜੰਸੀ ਆ ਸਾਡੇ ਸਰਹੰਦ ਰੰਗੀ ਵਰਲਡ, ਆ ਲਿਖਿਆ ਵੀ ਹੋਇਆ ਰੰਗੀ ਗਰੁੱਪ, USA ਗਰੁੱਪ ਚੱਲਦਾ ਥੋੜ੍ਹਾ। ਓਕੇ ਓਕੇ ਓਕੇ, ਕਿਆ ਬਾਤ ਆ। A4 ਦਾ ਕਿਆ ਮਤਲਬ, ਇਹਦਾ ਕੋਈ ਨਵਾਂ ਕਰਿਆ ਸਿਸਟਮ ਇਹਨਾਂ ਨੇ? 36 ਸਪੈਸ਼ਲ ਐਡੀਸ਼ਨ, ਇਹਦਾ ਰੇਟ ਦਾ ਕਿਆ ਦੱਸਣਾ, ਇਹਦਾ ਸਭ ਨੂੰ ਪਤਾ ਹੋਰਨ ਲਾ ਤੇ ਹਾਂ। ਆਹ ਲਾਈਟਾਂ ਬੜੀਆਂ ਸੋਹਣੀਆਂ ਬਣਾਤੀਆਂ ਇਹਨਾਂ ਨੇ, ਆਹ ਹੱਡੀ ਥੱਲੇ ਖੜ ਜਾਓ, ਆਹ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ। ਗੱਡੀਆਂ ਦੇ ਵਿੱਚ ਆਉਂਦਾ ਹੁੰਦਾ ਪੱਟੂ ਨੇ ਟਰੈਕਟਰ ਚਲਾਤਾ। ਬਾਕੀ ਆਹ ਲਾਈਟਾਂ ਵੀ ਘੈਂਟ ਬਣਾਤੀਆਂ ਇਹਦੀਆਂ। ਬਾਕੀ ਸਲੰਸਰ ਬਾਈ ਹੋਰਾਂ ਨੇ ਪਾਤਾ, ਦੂਆ ਡੈਕ ਲਵਾ ਦਾ, ਬਾਰ ਲਵਾ ਤੀ ਮੂਹਰੇ, ਹੁਣ ਇਹਦਾ ਕਹਿ ਰਿਹਾ ਕਿ ਟਾਇਰ ਰਹਿ ਗਏ ਮੁਰਲੇ ਤੇ ਬੰਪਰ, ਹੈਂ ਬਾਕੀ ਰੁਪਈਆ ਲਾਉਣ ਦੀ ਲੋੜ ਨਹੀਂ। ਉਹ ਤਾਂ ਫਿਰ ਅੱਤਾ, ਦੋਹੇ ਭਾਈ ਭਾਈ ਹੋ ਇਹ, ਹੁਣ ਭਾਈ ਹੁੰਦੇ ਤੇ ਪਹਿਲਾਂ ਇਹ ਬਾਅਦ ਚੋਂ ਅਲੱਗ ਹੋਏ ਨੇ, ਫਰਕ ਏ ਨੀ ਕੋਈ ਹੈਗਾ। ਉਹਦੀਆਂ ਸੇਮ ਸ਼ੀਲਡਾਂ ਆਉਂਦੀਆਂ ਨੇ, ਸੇਮ ਸ਼ੀਲਡਾਂ ਇਹਦੀਆਂ ਨੇ, ਉਵੇਂ ਉਹ ਖੁੱਲਦਾ ਉਵੇਂ ਆਹ, ਸਾਰਾ ਕੁਛ ਸੇਮ ਆ। ਇਹ ਉੱਚਾ ਉਹ ਥੋੜ੍ਹਾ ਨੀਮ ਧਰਤੀ ਨਾਲ ਲੱਗਿਆ ਹੋਇਆ ਬਸ, ਉਹਦਾ ਐਂ ਖੜਾ ਘੱਟ ਹੁੰਦੇ ਆ, ਇਹ ਸਿਫਤ ਹੈਗੀ ਜਿਹੜੇ ਧਰਤੀ ਦੇ ਨਾਲ ਲੱਗੇ ਹੁੰਦੇ ਨਾ, ਇਹ ਖੜੇ ਥੋੜ੍ਹੇ ਜ਼ਿਆਦਾ ਹੋ ਜਾਂਦੇ ਨੇ, ਬਸ ਸੇਮ ਏ ਆ। ਇਕੱਠੇ ਹੀ ਹੁੰਦੇ ਤੇ ਪਹਿਲਾਂ ਇਹ, ਪਤਾ ਨਹੀਂ ਕਿਆ ਰਹਿਣਾ ਗਾਹ, ਲੜਾਈ ਜੀ ਪਾ ਲਈ, ਸੇਮ ਏ ਆ, ਕੋਈ ਫਰਕ ਹੋਵੇ ਸੋ ਸਾਰਾ ਕੁਛ ਉਵੇਂ ਹੀ, ਡਿਜ਼ਾਇਨ ਉਵੇਂ, ਏਅਰ ਕਲੰਡਰ ਉੱਥੇ ਹੀ, ਸਲੰਸਰ ਇਹਦਾ ਰੰਗ ਦਾ ਫਰਕ ਆ, ਬਾਕੀ ਮਾਣਾ ਮੋਟਾ ਇਹਦਾ। ਚਲੋ ਤਾਂ ਪਏ ਹੋ ਜਾਂਦਾ ਜਦੋਂ ਕੰਪਨੀਆਂ ਅਲੱਗ ਹੋ ਗਈਆਂ। ਓਕੇ ਜੀ, ਕਰੋ ਹੁਣ ਸਮਾਨ ਇਕੱਠਾ, ਰਾਤ ਦੇ 1:30 ਵੱਜ ਗਿਆ, 2 ਵੱਜ ਗਏ, ਨਹਿਰ ਚਾਹ ਨਹਿਰ ਆ ਸਾਹਮਣੇ ਬਾਬੇ, ਟਰੈਕਟਰ ਦੇਖਦੇ ਹਾਂ ਚਲਾ ਕੇ। 36 ਦੀ ਨਵਾਂ ਹੀ ਆ ਹਜੇ ਇਹ ਟਰੈਕਟਰ, ਸਿਰਫ ਹਾਂ ਉਹ ਡਾਊਨ ਕਰ ਦੇ, ਸਾਰਾ ਡਾਊਨ ਕਰ ਦਿਓ ਵੀਰੇ, ਉਹ ਸਾਰਾ ਹੁਣ ਥੱਲੇ ਲਾ ਦਿਓ, ਦੇਖ ਹਾਂ ਸਿਰੇ ਲਾ, ਸਿਰੇ ਲਾ ਦਿਓ, ਥੱਲੇ ਲਾ ਦਿਓ ਬਾਈ, ਆਵਾਜ਼ ਹੀ ਬਹੁਤ ਸੋਹਣੀ ਬਣਾਈ ਹੋਈ ਆ।
ਬੜਾ ਫਾਇਦਾ ਜਿਹੜਾ ਚਾਬੀ ਨਾਲੇ ਬੰਦ ਹੁੰਦਾ ਚਾਬੀ ਨਾਲੇ ਇਹ ਰੂਟਰੀ ਪੰਪ ਹੈ ਮੇਰੇ ਵੀਰੇ ਇਹ ਰੂਟਰੀ ਪੰਪ ਹੁੰਦੇ ਨੇ ਹਨਾ ਇਹ ਇਹ ਮੈਕੋ ਪੰਪ ਹੈ ਇਹ ਰੂਟਰੀ ਪੰਪ ਹੁੰਦੇ ਨੇ ਦੇਖੀ ਵਾਲਾ ਕਿੱਧਰ ਘੁੰਮਣਾ ਇਹ ਬਸ ਥੱਲੇ ਲਾ ਦੋ ਸਿਰੇ ਥੱਲੇ ਉਹ ਆ ਹੀ ਨਹੀਂ ਉਹ ਨਟ ਵੀ ਨਹੀਂ ਆ ਰਹੇ ਥੱਲੇ ਕਿਹੜਾ ਆ ਜਿਹੜਾ ਪਿੱਛੇ ਤਾਂ ਪਿੰਨ ਕਰਤੀ ਲਾਓ ਜੀ ਬਾਬਿਓ ਕਿੱਧਰ ਜਾ ਰਹੀ ਹੈ ਸਾਥ ਮੇ ਨਹਿਰ ਔਰ ਇੱਧਰ ਜਾ ਰਹੇ ਹੈ ਹਮ ਅੱਗੇ ਜਾ ਰਿਹਾ ਹੈ 36-30 ਔਰ ਪਿੱਛੇ ਜਾ ਰਿਹਾ ਹੈ 60 ਇਹ ਨਦੀ ਇੱਧਰ ਨਹਿਰ ਬੜੀ ਭਾਖੜਾ ਨਹਿਰ ਕਹਿੰਦੇ ਜੀ ਉਹ ਨਹਿਰ ਆ ਲਓ ਜੀ ਬਾਬਿਓ ਸੋ ਘਰ ਪਹੁੰਚ ਗਏ ਹਾਂ ਸੋ ਬੈਂਟਰੀ ਵਿੱਚੋਂ ਕੱਢ ਲਈ ਆਪਾਂ ਬੈਂਟਰੀ ਚਾਰਜ ਲਾ ਦਈਏ ਬੈਂਟਰੀ ਦੀ ਇੱਕ ਖਰਾਬ ਹੋ ਗਈ ਸੀ ਪਤਾ ਨਹੀਂ ਕੀ ਹੋ ਗਿਆ ਸੀ ਉਹਨੂੰ ਸੋ ਕੱਲ੍ਹ ਨੂੰ ਬੈਂਟਰੀ ਵੀ ਲੈਣੀ ਇੱਕ ਆਪਾਂ ਨਵੀਂ 1000 ਰੁਪਏ ਦੀ ਬੈਂਟਰੀ ਆਊਗੀ ਸੋ ਇਹਦੀ ਬੈਂਟਰੀ ਲੈ ਕੇ ਮੈਂ ਇੱਕ ਚਾਹੁੰਦਾ ਵੀ ਮੈਂ ਪ੍ਰੋਪਰ ਵੀਡੀਓ ਲੇਜ਼ਰ ਕਰਾ ਦੀ ਲੇਜ਼ਰ ਕਰਾ ਬਹੁਤ ਵੱਡੀ ਚੀਜ਼ ਆ ਬਹੁਤ ਕੁਛ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਵੀ ਕੁਛ ਨਹੀਂ ਤਾਂ ਹੈਗਾ ਵੀ ਬਹੁਤ ਕੁਛ ਆ ਸੋ ਇਹਦੀ ਨੌਲੇਜ ਦੇ ਲਈ ਜੇ ਤੁਸੀਂ ਮੈਨੂੰ ਕਮੈਂਟ ਦੱਬ ਕੇ ਕਰ ਦਿਉ ਮੈਂ ਲੇਜ਼ਰ ਕਰਾ ਦੀ ਪ੍ਰੋਪਰ ਵੀਡੀਓ ਬਣਾ ਦੂੰਗਾ ਇਨਕਮ ਵੀ ਦੱਸ ਦੂੰਗਾ ਵੀ ਕਿੰਨੀ ਇਨਕਮ ਆ ਕੀ ਖਰਚਾ ਕੀ ਵਰਚਾ ਕਿਵੇਂ ਇਹਦੀ ਕੈਲੀਬਰੇਸ਼ਨ ਚੈੱਕ ਹੋਣੀ ਆ ਕਿਵੇਂ ਇਹਨੇ ਕਨੈਕਟਡ ਹੋਣਾ ਕਿਵੇਂ ਇਹਦਾ ਸਾਰਾ ਮਤਲਬ ਕਿ ਮੈਂ A-to-Z ਜਿਹੜਾ ਸਾਰਾ ਤੁਹਾਨੂੰ ਇਹ ਵਰਕ ਕਿਵੇਂ ਕਰਦਾ ਇਹਨੂੰ ਚਲਾਉਣਾ ਕਿਵੇਂ ਆ ਇਹਨੂੰ ਕੌਣ ਚਲਾ ਸਕਦਾ ਕਿੰਨੀ ਪੜ੍ਹਾਈ ਦੀ ਲੋੜ ਹੈ ਇਹਨੂੰ ਚਲਾਉਣ ਦੇ ਲਈ ਕੀ ਹਿਸਾਬ ਕਿਤਾਬ ਹੈ ਸੋ ਸਾਰਾ ਮੈਂ ਪ੍ਰੋਪਰ ਕਿਵੇਂ ਚਲਾਉਣਾ ਕਿਵੇਂ ਇਹਦਾ ਖੇਤ ਸੈੱਟ ਕਰਨਾ ਇਹਦਾ ਇਨਕਮ ਆਫ ਕਿੰਨੀ ਇਨਕਮ ਆ ਕਿਵੇਂ ਇਹਦੀ ਕੈਲੀਬਰੇਸ਼ਨ ਸਾਰਾ ਕੁਛ ਮੈਂ ਤੁਹਾਨੂੰ ਉਹਦੇ ਵਿੱਚ ਵੀਡੀਓ ਦੇ ਵਿੱਚ ਪ੍ਰੋਪਰ ਦੱਸੂੰਗਾ ਤੁਸੀਂ ਕਮੈਂਟ ਦੱਬ ਕੇ ਕਰ ਦਿਓ ਵੀ ਹਾਂ ਵੀ ਸਾਨੂੰ ਲੇਜ਼ਰ ਕਰਾ ਦੀ ਇੱਕ ਸਪੈਸ਼ਲ ਵੀਡੀਓ ਹੀ ਬਣਾ ਦੂੰਗੇ ਆਪਾਂ ਬਹੁਤ ਕੁਛ ਆ ਬਹੁਤ ਕੁਛ ਆ ਲੇਜ਼ਰ ਕਰਾ ਦੇ ਵਿੱਚ ਹੈਗਾ ਵੀ ਕੁਛ ਨਹੀਂ ਹੈਗਾ ਵੀ ਬਹੁਤ ਕੁਛ ਆ ਅਤੇ ਜੇ ਉਲਝ ਜਾਵੇ ਤਾਂ ਬਹੁਤ ਕੁਛ ਸੋ ਇੱਕ ਤਾਂ ਐਵੇਂ ਪੱਕੀ ਵੀਡੀਓ ਇਨਫੋਰਮੇਸ਼ਨਲ ਵੀਡੀਓ ਪਈ ਰਹੂਗੀ ਕਿਸੇ ਨੂੰ ਪ੍ਰੋਬਲਮ ਵੀ ਆਈ ਕੈਲੀਬਰੇਸ਼ਨ ਚੈੱਕ ਕਰਨਾ ਕਨੈਕਟਿੰਗ 'ਚ ਪ੍ਰੋਬਲਮ ਫਿਰ ਆਪਣੀ ਚੈੱਕ ਕਰ ਲਿਆ ਕਰਨਗੇ ਸੋ ਕਮੈਂਟ ਮੈਨੂੰ ਦੱਬ ਕੇ ਕਰ ਦਿਓ ਫਿਰ ਆਪਾਂ ਇੱਕ ਵੀਡੀਓ ਲੇਜ਼ਰ ਕਰਾ ਦੀ ਸਪੈਸ਼ਲ ਸਾਰਾ ਕੁਛ ਉਹਦੇ ਵਿੱਚ ਮੈਂ ਤੁਹਾਨੂੰ ਨੌਲੇਜ ਦਊਂਗਾ ਕਿੰਨੇ HP ਟਰੈਕਟਰ ਦੀ ਲੋੜ ਹੈ ਕੀ ਹਿਸਾਬ ਕਿਤਾਬ ਹੈ ਨਾ ਸਾਰਾ ਸੋ ਕਿੰਨੀ ਇਹਨੂੰ ਪਾਵਰ ਦੀ ਲੋੜ ਹੈ ਬਾਈ ਅਤੇ ਟਾਇਰਾਂ ਦੀ ਗੱਲ ਕਰਨੀ ਸੀ ਟਾਇਰਾਂ ਦਾ ਨਜ਼ਾਰਾ ਆ ਗਿਆ ਇੰਨਾ ਜੰਮ ਕੇ ਚੱਲਦਾ ਟਰੈਕਟਰ ਡੈਗਾ ਤਾਂ ਬਸ ਭੁੱਲੇ ਜਾਓ ਵੀ ਡੈਗਾ ਤਾਂ ਲੱਗਣਾ ਹੀ ਨਹੀਂ ਤੁਹਾਨੂੰ ਮੁਰਲੇ ਟਾਇਰ ਇੰਨੇ ਸਮੂਥ ਜਿਹੇ ਜੇ ਚੱਲਦੇ ਨੇ ਪਿਛਲੇ ਵਾਲੇ ਵੀ ਮਤਲਬ ਕਿ ਗ੍ਰਿਪ ਬਹੁਤ ਬਣ ਚੁੱਕਿਆ ਬਹੁਤ ਜ਼ਿਆਦਾ ਗ੍ਰਿਪ ਬਣ ਗਿਆ ਖੇਤਾਂ ਦੇ ਵਿੱਚ ਸਲਿਪਿੰਗ ਦਾ ਕੰਮ ਖਤਮ ਹੀ ਹੋ ਗਿਆ ਤਕਰੀਬਨ ਕਿਉਂਕਿ ਨਵੀਂ ਗੁੱਡੀ ਆ ਯਾਰ ਹੈ ਨਾ ਨਜ਼ਾਰਾ ਆ ਗਿਆ ਪਰ ਟਾਇਰ ਪਵਾ ਕੇ ਸੋ ਨਵਾਂ ਹੀ ਬਣ ਗਿਆ ਹੁਣ ਟਰੈਕਟਰ ਰੁਪਈਆ ਨਾ ਕਹਿੰਦੇ ਵੀ ਲਾ ਤਾ ਟਰੈਕਟਰ 'ਤੇ ਆਪਾਂ ਸਣੇ ਡੈੱਕ ਡਾਊਨ ਡੂਨ ਸੀਲਿੰਗ 1-1.5 ਲੱਖ ਦੇ ਕਰੀਬ ਲਾ ਤਾ ਆਪਾਂ ਟਰੈਕਟਰ ਦੇ ਉੱਪਰ ਹੁਣ ਤਾਂ 7 ਦਿਨਾਂ ਦੇ ਵਿੱਚ ਸੋ ਓਕੇ ਬਾਬੇ ਉਹ ਵਲੌਗ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਓਕੇ ਜੀ।